ਹੁਣ ਉੱਠ ਜਾ ਨਾ ਕਿੰਨੇ ਤਰਲੇ ਕਰਾਣੇ ਨੇ 8 ਵਜੇ ਲੱਗੀ ਆ ਤੇ ਦੇਖ ਲੈ 9 ਵਜ ਗਏ ਨੇ ਬ੍ਰਸ਼ ਕਰ ਲਿਆ ਬਜੇ ਬ੍ਰਸ਼ ਕਰ ਲਿਆ ਕਰੋ ਮੇਰਾ ਪੁੱਤ ਛੇ ਛੇ ਕਰੋ ਬੇਟਾ ਮੈਂ ਨਾਓ ਤੋ ਫਿਰ ਮੈਂ ਬਣਾਵਾਂ ਪਰਾਂਠੇ ਤੁਹਾਡੇ ਲਈ ਕਿਹੜੇ ਦੱਸੋ ਕਿਹੜੇ ਖਾਣੇ ਆਲੂ ਦੇ ਤੂੰ ਨਾ ਆਲੂਆਂ ਦੀ ਜਾਨ ਛੱਡੀ ਸਿਰਤ ਗੁੱਡ ਮਾਰਨਿੰਗ ਕਰੋ ਗੁੱਡ ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਆਰ ਚੈਨਲ ਗੁਰਸੀਰਤ ਚੀਮਾ ਤੇ ਅੱਜ ਡੇਟ ਕਿਹੜੀ ਵੈਸੇ 2nd ਮਾਰਚ ਤੇ ਸਾਰਾ ਖਿਆਲ ਰੱਖਦੇ ਅੱਜ ਇਹਨਾਂ ਨੂੰ ਛੁੱਟੀ ਹੈ ਅੱਜ ਲਾਸਟ ਡੇ ਉਹ ਕਾਦਾ ਕਿਸੇ ਦਾ ਨਹੀਂ ਹੈ ਫਤਿਹ ਤੋਂ ਮੈਂ ਜਿੰਨਾ ਵੀ ਸੁਣਿਆ ਫਤਿਹ ਨੇ ਮੈਨੂੰ ਬਹੁਤ ਸੋਹਣੇ ਕੁਐਸਚਨ ਆਨਸਰ ਸੁਣਾਏ ਨੇ ਸਾਰੇ ਸੀਰਤ ਨੇ ਥੋੜੀ ਮਿਸਟੇਕਸ ਕੀਤੀਆਂ ਨੇ ਉਹ ਅੱਜ ਸਾਰੀਆਂ ਕਵਰ ਕਰ ਲਈ ਠੀਕ ਹੈ ਫਿਰ ਮੈਨੂੰ ਸੁਣਾ ਨਹੀਂ ਸਰ ਇਹਨੇ ਕੋਈ ਗਲਤੀਆਂ ਦਾ ਸਿਸਟਮ ਹੈ ਇਹਨਾਂ ਦਾ ਕੋਈ ਹਾਫ ਇਅਰਲੀ ਫਾਈਨਲ ਨਹੀਂ ਹੁੰਦਾ ਇਹਨਾਂ ਦਾ ਹਾਫ ਇਅਰਲੀ ਹੁੰਦੇ ਨੇ ਤੁਹਾਡੇ ਇਹਨਾਂ ਦੇ ਸਾਰੇ ਪੀਟੀ ਹੁੰਦੇ ਨੇ 2020 ਮਾਰਕਸ ਦੇ ਛੋਟੇ ਬੱਚੇ ਸਭ ਦੇ ਹੁੰਦੇ ਨੇ ਹੁਣ ਫਿਰ ਤੋਂ ਬਾਅਦ ਹੋਣਗੇ ਇਹਨਾਂ ਸਟਾਰ ਤੇ ਸੇ ਤੁਹਾਨੂੰ ਉੱਠ ਜਾ ਪਲੀਜ਼ ਮੈਨੂੰ ਭੁੱਖ ਲੱਗੀ ਤੁਹਾਡੇ ਕਰਕੇ ਮੈਂ ਭੁੱਖੀ ਮਰਦੀ ਪਿਆ ਸੀ ਖੜੇ ਹੋ ਜਾ ਚੀਮਾ ਜੀ ਬਣਾਵਾਂ ਰੋਟੀ ਤੁਸੀਂ ਤੇ ਨਾ ਤੋ ਲਿਆ ਸੀ ਜਦਾ ਸਟੱਡੀ ਸੈਸ਼ਨ ਚੱਲ ਰਿਹਾ ਮੰਮਾ ਸੁਣ ਰਹੀ ਹੈ ਇਹਦੇ ਕੋਲ ਕੁਐਸਚਨ ਜੀ very good shabash jim had an gold pocket watch of his forefathers in which he took pride and della had a long beautiful hairs that jim loved in which she took pride next why did della cry della cried because she was only having $1.87 meri wari nahi aayi teri wari nahi pehle learn karega tai sunna jadon tere bhul jana teri mamma ne fir sent na tenu ਮਾਂਜਾ ਲੈਣਾ ਤੇਰਾ ਪੱਕਾ ਅੰਨਾ ਵੀ ਲੋਕ ਹੁਣ ਕਿੱਧਰ ਕ੍ਰਿਸ਼ਨਾ ਨਾਲ ਘਰ ਚੱਲਨੀ ਆ ਉਹਨੂੰ ਥੋੜਾ ਜਿਹਾ ਨਾ ਉਹ ਸਮਝਾਣਾ ਸੀ ਸੁਪਰਨੈਚਰਲ ਵਾਲਾ ਟੌਪਿਕ ਤੇ ਤੈਨੂੰ ਆਪ ਨੂੰ ਆਂਦਾ ਆਂਦਾ ਏ ਮੈਂ ਕੱਲ ਕਰ ਲਿਆ ਸੀ ਤੇ ਚਾਚੀ ਸਾਡਾ ਟੈਸਟ ਵੀ ਲੈ ਲੈਣਗੇ ਥੋੜਾ ਜਿਹਾ ਲੋ ਜਾ ਕਰ ਰਿਆ ਫਿਰ ਮੈਂ ਫਤਿਹ ਨੂੰ ਇੱਥੇ ਪੜਾ ਲਾਂਗੀ ਠੀਕ ਹੈ ਨਾ ਓਕੇ ਮੈਂ ਵੀ ਉੱਥੇ ਬਾਏ ਛੇਤੀ ਆ ਕਿੱਦਾਂ ਜੱਟ ਸਾਹਿਬ ਹਾਂਜੀ ਠੀਕ ਹੋ ਅੱਜ ਬਈ ਇਹਨਾਂ ਦਾ ਫਸਟ ਐਗਜ਼ਾਮ ਏ ਤੇ ਸਭ ਤੋਂ ਪਹਿਲਾਂ ਸਾਰੇ ਇਹਨਾਂ ਨੂੰ ਵਿਸ਼ ਕਰ ਦੋ ਬੈਸਟ ਆਫ ਲੱਕ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਤੇ ਐਗਜ਼ਾਮ ਇਹਨਾਂ ਦਾ ਬਹੁਤ ਬਹੁਤ ਘੈਂਟ ਹੋਏ ਕਿੱਦਾਂ ਬਈ ਤਿਆਰੀ ਕਿਵੇਂ ਵੇ ਤਿਆਰੀ ਕਿਵੇਂ ਚੜ੍ਹਦੀ ਗਲਤੀ ਨਾਲ ਵੀ ਕੋਈ ਕੁਐਸਚਨ ਨੂੰ ਉਹ ਨਾ ਬਸ ਗਲਤ ਪੜ੍ਹ ਲਈ ਤੂੰ ਉੱਥੇ ਗੜਬੜ ਕਰ ਦੇਣਾ ਬੱਚੀ ਜਦੋਂ ਕੁਐਸਚਨ ਪੜ੍ਹੀ ਇਹਨਾਂ ਨੂੰ ਧਿਆਨ ਨਾਲ ਦੋ ਵਾਰੀ ਪੜ੍ਹ ਦੀ ਦਾ ਹੁੰਦਾ ਜੇ ਕਨਫਿਊਜ਼ਨ ਹੋਏ ਮੈਮ ਕੁਐਸਚਨ ਪੁੱਛ ਲਈ ਤਾਂ ਆਨਸਰ ਤੂੰ ਆਪ ਕਰਨਾ ਪੂਰੇ ਆਪਣੇ ਸੈੱਟ ਮਾਈਂਡ ਦੇ ਨਾਲ ਠੀਕ ਹੈ ਨਾ ਹਾਂ ਵੀ ਜਸ਼ਨ ਸਿੰਘ ਕਿੱਦਾਂ ਪੱਕੀ ਗੱਲ ਹੈ ਵੇਖ ਲੈ ਫਤਿਹ ਦੀ ਮੈਨੂੰ ਗਾਰੰਟੀ ਹੈ ਤੁਹਾਡੇ ਦੋਨਾਂ ਦਾ ਹਲੇ ਬੁੱਕਸ ਖੋਲ ਕੇ ਬੈਠੇ ਨੇ ਸੀਰਤ ਕਿਵੇਂ ਫਿਰ ਪਤਾ ਲੱਗ ਜਾਏਗਾ ਅੱਜ ਲੈ ਕੇ ਸਤਨਾਮ ਵਾਹਿਗੁਰੂ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਫਿਰ ਸ਼ੁਰੂ ਕਰਨਾ ਐਗਜ਼ਾਮ ਠੀਕ ਹੈ ਨਾ ਠੀਕ ਹੈ ਜਸ਼ਨ ਵਾਹਿਗੁਰੂ ਅੱਗੇ ਅਰਦਾਸ ਕਰਿਆ ਜੇ ਵੀ ਸੱਚੇ ਪਾਤਸ਼ਾਹ ਜੀ ਸਾਡਾ ਐਗਜ਼ਾਮ ਬਹੁਤ ਵਧੀਆ ਹੋਵੇ ਉਧਰ ਗਿਆ ਕੋਲ ਹੀ ਚੱਲਣ ਡਿਆ ਕੰਮ ਪਿੱਛੋਂ ਟੈਗ ਪਿੱਛੋਂ ਟੈਗ ਅੱਜ ਹੀ ਹੋਲੀ ਸਟਾਰਟ ਹੋਵੇ ਫਤਿਹ ਉੱਥੋਂ ਫਾਇਰ ਕਰ ਰਿਹਾ ਵਿੰਦਰ ਵਿੰਦਰ ਨੂੰ ਟਾਲੋ ਮੈਨੂੰ ਕਹੀ ਸੀ ਤੁਹਾਡੇ ਸਾਰਿਆਂ ਦੇ ਐਗਜ਼ਾਮ ਬਈ ਸੇਮ ਸੇਮ ਡੇ ਚੱਲਣੇ ਨੇ ਜਦੋਂ ਕੋਈ ਪ੍ਰਾਇਮਰੀ ਵਾਲਾ ਬੱਚਾ ਹੈ ਨਹੀਂ ਸੀ ਉੱਥੇ ਅੱਛਾ ਸਕੂਲ ਪਹੁੰਚ ਕੇ ਪਤਾ ਲੱਗਾ ਚਲੋ ਜੀ ਵਿਚਾਰੇ ਨੂੰ ਫਿਰ ਜਾਗ ਲਿਆਂਦਾ ਸਪੈਸ਼ਲ ਚਲੋ ਬਦਲੋ ਕੱਪੜੇ ਫਿਰ ਹੋਲੀ ਖੇਡੋ ਕੱਪੜੇ ਤੇ ਬਦਲਣ ਦੋ ਬਈ ਫਤਿਹ ਨੇ ਦਮਾਲਾ ਬੰਨਿਆ ਵੀ ਚਾਚੂ ਨੇ ਅੱਜ ਫਤਿਹ ਨੂੰ ਕੱਪੜੇ ਬਦਲਾਓ ਚੇਂਜ ਕਰ ਰਿਹਾ ਆਪਣੀ ਸਕੂਲ ਯੂਨੀਫਾਰਮ ਪਾਣੀ ਪਾਣੀ ਕਰ ਦਿੱਤਾ ਸਾਰੇ ਪਾਸੇ ਚੀਜ਼ ਰੈਡੀ ਹੈ
ਸੀਰਤ ਤੇ ਰੇੜੀ ਹੈ ਬਾਈ ਇਹਨੂੰ ਪਨ ਉਹ ਫੜ ਉਹ ਉਹ ਪਾਲਿਆ ਜਸ਼ਨ ਲੰਮਾ ਜਸ਼ਨ ਅੱਜ ਤੈਨੂੰ ਸਕੂਲੋਂ ਆਂਦੀ ਇਹਨਾਂ ਦੇ ਟੈਗ ਕਰ ਦਿੱਤਾ ਬਾਈ ਬੜੀ ਮਾੜੀ ਹੋ ਰਹੀ ਫੜੋ 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 ਭੱਜ ਗਿਆ ਗੋਲੀ ਹੋ ਗਈ ਆਂਦਾ ਹੁਣ ਇਹਨੂੰ ਘੇਰੋ ਆਇਆ ਲੈ ਹੁਣ ਆ ਸ਼ਿਕਾਰ ਤੁਹਾਡੇ ਕੋਲ ਹੈ ਨੇੜੇ ਹੀ ਨੇੜੇ ਨੇੜੇ ਹੀ ਭੱਜ ਗਈ ਭੱਜ ਗਈ ਓਏ ਕਮਲਿਓ ਮੌਕਾ ਗਵਾਤਾ ਤੁਸੀਂ ਵਿੰਦਰ ਨੇ ਹਮਲਾ ਬੋਲਤਾ ਜੱਗ ਗਲਾਸ ਸਭ ਕੁਛ ਹਰਗੁਣ ਵੀ ਫੜ ਲਿਆ ਇਹਨਾਂ ਨੇ ਜਸ਼ਨ ਦਾ ਬੁਰਾ ਹਾਲ ਕਰ ਦਿੱਤਾ ਬਾਈ ਉਹ ਤੁਹਾਡੀ ਨੂੰ ਉਹ ਤੁਹਾਡੀ ਨੂੰ ਫਸ ਗਏ ਫਸ ਗਏ ਵਿੰਦਰ ਵਿੰਦਰ ਸ਼ਾਬਾਸ਼ ਚੱਲ ਜਸ਼ਨ ਕਮਲਿਓ ਵਿੰਦਰ ਵਿੰਦਰ ਚੜ ਗਿਆ ਇੱਥੇ ਬਾਈ ਪ੍ਰੀ ਹੋਲੀ ਸੈਲੀਬ੍ਰੇਸ਼ਨ ਸੀ ਪ੍ਰੀ ਪ੍ਰੀ ਹੋਲੀ ਸੈਲੀਬ੍ਰੇਸ਼ਨ ਬਚ ਗਈ ਬਚ ਗਈ ਹੁਣ ਨਹੀਂ ਬਚਦੀ ਸੀ ਉਹ ਫਤਿਹ ਦਾ ਹਾਲ ਵੇਖੋ ਬਿਮਾਰ ਨਾ ਹੋ ਜਾਏ ਕਮਲਿਓ ਠੰਡੇ ਪਾਣੀ ਨਾਲ ਪ੍ਰੀ ਹੋਲੀ ਸੈਲੀਬ੍ਰੇਸ਼ਨ ਮਾਰੋ ਮਾਰ ਚੱਲ ਰਹੀ ਇਹਨਾਂ ਦੀ ਚੱਲ ਸੀਰਤ ਨੂੰ ਪਹਿਲਾਂ ਮੈਂ ਦਵਾ ਕੇ ਲਿਆਵਾਂ ਚੱਲ ਪਚਕਾਰੀ ਪਚਕੂਰੀ ਰੰਗ ਕੀ ਲੈਣੀ ਰੰਗ ਨੀ ਪਚਕਾਰੀ ਲੈ ਲੈ ਸੀਰਤ ਗਿੱਲੇ ਕੱਪੜਿਆਂ ਨਾ ਜਾ ਬੇਟਾ ਸਵਾਗਤ ਹੋ ਗਿਆ ਸੀਰਤ ਦਾ ਪਤੇ ਨੇ ਪਹਿਲਾਂ ਰੋਲਾ ਪਾਤਾ ਸੀਰਤ ਆ ਗਈ ਪਾਣੀ ਕੋਈ ਗੱਲ ਨੀ ਇੰਜੋਏ ਕਰੋ ਹੁਣ ਕਿੱਧਰ ਗਏ ਨੇ ਉਹ ਤੁਹਾਡੀ ਨੂੰ ਖੁਰਲੀ ਵਾਲੇ ਪਾਣੀ ਨਾਲ ਡਟੇ ਨੇ ਮਾਰੋ ਮਾਰ ਵਿੰਦਰ ਦਾ ਵੀ ਬੁਰਾ ਹਾਲ ਕਰਤਾ ਜਸ਼ਨ ਸੱਟ ਨਾ ਮਾਰ ਲਿਆ ਜੇ ਚੱਪਲ ਕਿੱਧਰ ਗਈ ਤੇਰੀ ਪਾਪਾ ਕਿੱਧਰ ਭਰੀ ਇਹਨਾਂ ਨੂੰ ਹੁਣ ਕੁਰਲੀ ਜੋ ਭਰ ਕੇ ਬਸ ਚੱਲਣ ਦੇ ਇੱਕ ਦੂਜੇ ਉੱਤੇ ਪੋਕੀ ਦੀ ਪਾ ਦੋ ਕੀ ਚੀਜ਼ ਕਲਰ ਆ ਬਾ ਚੀਜ਼ ਕਲਰ ਓਏ ਦੀ ਬੋਤਲ ਰੱਖ ਦਿਓ ਭਾਈ ਕਮਲੇ ਹੋ ਗਏ ਨੇ ਸਾਡੇ ਨਿਆਣੇ ਅੱਜ ਸਿਰ ਸਿਰ ਹੀ ਸਿਰ ਸਿਰ ਤੈਨੂੰ ਦੁਪਹਿਰ ਹੋ ਗਈ ਹੈ ਬੁਰੇ ਬਿਮਾਰ ਨਾ ਹੋ ਜਾ ਜੇ ਬੱਚੀ ਹੋਲੀ ਤੇ ਹੈ ਨਹੀਂ ਦੱਸ ਜਿੱਦਣ ਹੋਲੀ ਹੋਏਗੀ ਉੱਦਣ ਇੰਜੋਏ ਕਰਿਆ ਜੇ ਤੁਸੀਂ ਘਰੇ ਨਵਾ ਕੇ ਭੇਜ ਨਾ ਘਰੇ ਅਮਨ ਨਵਾ ਕੇ ਤੇ ਭੇਜ ਵਿੰਦਰ ਨੂੰ ਚੰਗੀ ਤਰ੍ਹਾਂ ਤਸੱਲੀ ਕਰਕੇ ਭੇਜ ਜੇ ਘਰ ਭੇਜਣਾ ਇਹਨੂੰ ਏਡੀ ਛੇਤੀ ਘਰ ਭੱਜ ਚੱਲ ਡੇਗ ਨਾ ਜਾਈ ਬੱਚੀ ਕੁਰਲੀ ਦੇ ਵਿੱਚ ਰੰਗ ਘੋਲ ਲਓ ਫਿਰ ਆਏਗਾ ਨਜ਼ਾਰਾ ਵਿੰਦਰ ਪੂਰਾ ਚੀਟਰ ਹੈ ਕਹਿੰਦਾ ਮੈਂ ਘਰ ਚਲਾ ਤੇ ਕੰਧ ਤੋਂ ਅਟੈਕ ਕਰ ਗਿਆ ਇਹਨਾਂ ਦੇ ਕੋਈ ਟੁੱਟ ਗਈ ਹੈ ਚਲੋ ਜੀ ਕੋਈ ਗੱਲ ਨਹੀਂ ਹੋਰ ਲੈ ਆਵਾਂਗੇ ਐਵੇਂ ਹੁੰਦੀ ਹੈ ਟੈਂਪਰੇਰੀ ਬੇਟਾ ਅੱਗੋਂ ਦਾ ਪੰਪ ਜਿਹਾ ਟੁੱਟ ਗਿਆ ਵਿੰਦਰ ਬੜਾ ਚਾਲੂ ਉਧਰ ਕੁੰਡੀ ਮਾਰ ਕੇ ਹੁਣ ਭੱਜ ਗਿਆ ਚੀਟਿੰਗ ਪੂਰੀ ਕਰ ਗਿਆ ਤੁਹਾਡੇ ਨਾਲ ਵੀ ਵਿੰਦਰ ਪੂਰੀ ਗੇਮ ਖੇਡ ਗਿਆ ਕੋਲ ਖਲੋਤੇ ਵਿੰਦਰ ਨਹੀਂ ਆਇਆ ਤੇ ਅਰਗੂ ਨੂੰ ਵਿਚਾਰੇ ਨੂੰ ਕਰ ਤੱਕ ਸਾਰੀ ਭਿਉਂ ਛੱਡੇ ਨੇ ਸਿਰ ਬੁਰੇ ਹਾਲ ਉਹ ਵਿੰਦਰ ਫੇਰ ਕਾਰਵਾਈ ਤੁਹਾਡੇ ਨੀ ਕਾਬੂ ਆਉਂਦੇ ਬਈਆ ਜਾਓ ਤੁਹਾਡੇ ਕੋਲ ਵਿੰਦਰ ਨੀ ਕਾਬੂ ਆਉਂਦਾ ਵਾ ਬਾਈ ਤੁਹਾਡੇ ਕੋਲ ਵਿੰਦਰ ਨੀ ਕਾਬੂ ਆਉਣ ਡਿਆ ਦਾਦੀ ਹੋ ਗਈ ਨੀ ਦੁਮਾਲਾ ਕਿੰਨਾ ਸੋਹਣਾ ਸਿੰਘ ਨੇ ਸਿੰਘ ਸਾਹਿਬ ਥੋੜੇ ਦੁਮਾਲ ਭਰ ਲਓ ਇਹਨਾਂ ਨੂੰ ਬਲੂਨ ਦੇ ਨਾਲ ਭੰਨ ਦਿੱਤਾ ਸੱਟ ਵੱਜਦੀ ਅਮਨ ਕਮਲਿਆ ਭੰਨ ਦਿੱਤੀ ਬੜੀ ਜ਼ੋਰ ਦੀ ਵੱਜੇ ਬਾਲਟੀਆਂ ਭਰ ਲਈਆਂ ਨੇ ਹੁਣ ਬਲੂਨਸ ਦੀਆਂ ਵਿੰਦਰ ਦਾ ਕੰਮ ਉਹ ਪਾਂਚੜਿਆ ਵਿੰਦਰ ਪਾਂਚੜਿਆ ਵਿੰਦਰ ਪਾਂਚੜਿਆ ਉਹ ਵਾਈਪਰ ਚੋ
ਰਵਿੰਦਰ ਦੇ ਵਾਈਪਰ ਨਾਲ ਅਟੈਕ ਹੋ ਗਿਆ ਜਸ਼ਨ ਤੁਹਾਡੇ ਰਸਤੇ 'ਚ ਫੁੱਟ ਜਾਂਦੇ ਨੇ ਬੈਲੂਨ ਉਹ ਇੰਨਾ ਗੋਲੀ ਕੋ ਗਏ ਇੰਨਾ ਦੀ ਹਮਲਾ ਦੇ ਤੇਰੀ ਦੇ ਉਹ ਤੇਰੀ ਜਸ਼ਨ ਬੜੀ ਜ਼ੋਰ ਦੀ ਵੱਜਾ ਵਿੰਦਰ ਨਹੀਂ ਕਾਬੂ ਆ ਵੀ ਤੁਹਾਡੇ ਤੋਂ ਭਾਵੇਂ ਜੋ ਮਰਜ਼ੀ ਹੋ ਜੇ ਵਿੰਦਰ ਤੇ ਸੀਰਤ ਦੋਵੇਂ ਕਾਰਵਾਈ ਕਰ ਗਏ ਨੇ ਸਾਰੀ ਨਜ਼ਾਰਾ ਆ ਗਿਆ ਵੀ ਨਜ਼ਾਰਾ ਆ ਗਿਆ ਵੀ ਨਜ਼ਾਰਾ ਆ ਗਿਆ ਵੀ ਨਜ਼ਾਰਾ ਆ ਗਿਆ ਵੀ ਜਸ਼ਨ ਕੱਲਾ ਜਸ਼ਨ ਕੱਲਾ ਫਸ ਗਿਆ ਇਹਨਾਂ ਨੂੰ ਹੁਣ ਦੋਵਾਂ ਨੂੰ ਉਹ ਚਾਰ ਪੰਜ ਜਣੇ ਨੇ ਚਾਰ ਜਣੇ ਤੇ ਸੀਰਤ ਤੇ ਵਿੰਦਰ ਦੋਵੇਂ ਤੇ ਹੁਣ ਜਸ਼ਨ ਜਸ਼ਨ ਕੱਲਾ ਫਸ ਗਿਆ चलो बस करो बच्ची हूं देविंदर देख तेरी देख तेरी देख तेरी देख तेरी अटैक पते नहीं कर विंदर कला घेर गया विंदर कला फस गया तेरी सीरत बचा विंदर सीरा विंदर बचा हाँ विंदर हावी हो गया फिर बई ਤੁਹਾਡੇ ਨਹੀਂ ਵੀ ਕਾਬੂ ਉਹ ਹੱਥ ਵੱਡਿਆ ਗਿਆ ਉਹਦਾ ਬਾਲਟੀ ਨਾਲ ਕਮਲੇ ਉਹ ਤੇ ਪਟਾਕ ਪਟਾਕ ਦੀ ਆਵਾਜ਼ ਆਉਂਦੀ ਉਹ ਪੈਂਦੇ ਨੇ ਬਲੂਨ ਸੱਟ ਵੱਜਦੀ ਵੀ ਬੜੀ ਅਮਨ ਨੂੰ ਕਾਬੂ ਕਰ ਲਿਆ ਉਹ ਤਾਂ ਦੇ ਅਮਨ ਨੂੰ ਠੋਕੀ ਜਾਂਦੇ ਕਿ ਵਿੰਦਰ ਨੂੰ ਵੱਜੇ ਨੇ ਚਾਰ ਔਰ ਦੋ ਦਾ ਮੁਕਾਬਲਾ ਬਾਈ ਕੋਲ ਹੀ ਕਰੀ ਜਾਂਦੀ ਨੇ ਕਾਰਵਾਈ ਸੱਟ ਸੁੱਟ ਨਾ ਮਾਰ ਲਿਆ ਬੇਟਾ ਬਸ ਇੰਨਾ ਖਿਆਲ ਰੱਖਿਆ ਜੇ ਵਿੰਦਰ ਸੱਟ ਨਾ ਵਾਜੇ ਬੱਚੀ ਸੱਟ ਨਾ ਵਾਜੇ ਸੁਣ ਬਾ ਵਾਈਪਰ ਵੂਪਰ ਛੱਡੋ ਕਦੀ ਸੱਟ ਮਾਰ ਲਓ ਚਲੋ ਬਸ ਕਰੋ ਹੁਣ ਬੜਾ ਹੋ ਗਿਆ ਪਲੀਜ਼ ਓਵਰ ਹੋਲੀ ਓਵਰ ਹੋ ਗਈ ਹੈ ਟਿਲ ਦੈਨ ਟੁਮੋਰੋ ਡੇ ਆਫਟਰ ਟੁਮੋਰੋ ਤੱਕ ਮੁਕਾਬਲਾ ਸੀ ਦੋਵੇਂ ਆ ਵੀ ਰਹੇ ਨੇ ਅਮਨ ਤੁਹਾਡੇ ਤੇ ਬਈ ਤੁਹਾਡੇ ਚਾਰਾਂ ਤੇ ਸੀਰਤ ਤੇ ਵਿੰਦਰ ਦੋਵੇਂ ਆ ਵੀ ਰਹੇ ਨੇ ਅਰਗੁਣ ਕਾਬੂ ਆ ਸੀਰਤ ਨੇ ਦੱਬ ਲਿਆ ਅਰਗੁਣ ਨੂੰ ਆਪਣੇ ਆਪਣੇ ਮੈਂਬਰਾਂ ਨੂੰ ਬਚਾਓ ਬਈ ਫਤੇ ਫਤੇ ਮਾਰ ਗਏ ਫਤੇ ਫਸ ਗਏ ਉਹ ਬਚਾਓ ਆਪਣੇ ਮੈਂਬਰ ਨੂੰ ਫਤੇ ਕੋ ਨਹੀਂ ਦੱਬਦਾ ਬਈ ਚਲੋ ਬਸ ਬਸ ਗੇਮ ਓਵਰ ਗੇਮ ਓਵਰ ਬਸ ਅੱਜ ਲਈ ਗੇਮ ਓਵਰ ਠੰਡੇ ਤਾਜ਼ੇ ਪਾਣੀ ਦਾ ਨਹਾਓ ਚੱਲ ਕੇ ਚਲੋ ਬਸ ਨਾ ਨਾ ਗੇਮ ਪਲਾਨ ਸੀ ਵੀ ਰੋ ਕੇ ਭਾਵੇਂ ਹੱਸ ਕੇ ਅਗਲੇ ਨੇ ਕਾਬੂ ਕਰ ਲਿਆ ਕੰਮ ਜਿਵੇਂ ਤੁਹਾਡੇ ਤੋਂ ਬਚਦਾ ਚਲੋ ਨਹਾਓ ਤਾਜ਼ੇ ਪਾਣੀ ਨਾਲ ਨਹਾਓ ਤੇ ਅੱਜ ਲਈ ਇੰਨਾ ਕਾਫੀ ਹੈ ਕੱਲ ਫਤਿਹ ਕੱਲੇ ਦਾ ਐਗਜ਼ਾਮ ਕੋਈ ਗੱਲ ਨਹੀਂ ਸ਼ੇਰ ਦੇ ਸ਼ੇਰ ਕੱਲੇ ਹੀ ਚੱਲਦੇ ਹੁੰਦੇ ਨੇ ਕਿਉਂ ਫਤਿਹ ਅੱਜ ਅਸੀਂ ਆਏ ਛੋਟੀ ਜਿਹੀ ਟ੍ਰੀਟ ਦੇ ਵਾਸਤੇ ਅਮਨ ਨੇ ਖਾਣਾ ਸੀ ਪੀਜ਼ਾ ਸੋ ਆਫਟਰ ਟਿਊਸ਼ਨ ਅਸੀਂ ਆ ਗਏ ਹਾਂ ਕਿੱਥੇ ਆ ਗਏ ਹਾਂ ਆਪਾਂ ਪੀਜ਼ਾ ਇਟਾਲੀ ਸਾਡੀ ਫੇਵਰੇਟ ਪੀਜ਼ਾ ਸਰਪ੍ਰਾਈਜ਼ ਵਧੀਆ ਲੱਗਾ ਪੀਜ਼ੇ ਵਾਲਾ ਅਮਨ ਚਾਚੀ ਸਾਨੂੰ ਤੇ ਮਿਲ ਗਏ ਸਨ 17 ਸੈਕਟਰ 'ਚ ਪੀਜ਼ਾ ਖਾਣੇ 'ਚ ਦੋ ਵਧੀਆ ਸਬਜ਼ੀ ਖਾਣੀ ਹੈ ਤੇਰੀ ਸੀਟ ਤੇ ਬਹਿ ਗਈ ਉਹ ਸਿਰ ਤੂੰ ਇੱਧਰ ਆ ਜਾ ਬੇਟਾ ਉਹਨਾਂ ਨੇ ਉੱਥੇ ਬੈਠਣਾ ਇਕੱਠਿਆਂ ਨੇ ਚਾਚੀ ਵੀ ਆਪਣੀ ਸੀਟ ਤੇ ਚੱਲ ਬਈ ਆਪਣੀ ਸੀਟ ਤੇ ਆ ਇੱਧਰ ਤੇ ਸੀਟ ਮੈਂ ਤੇ ਰੱਖਿਆ ਜਾ ਮਤਲਬ ਮੈਨੂੰ ਪਤਾ ਹੀ ਨਾ ਤੇ ਇਹਦਾ ਫੇਵਰੇਟ ਚਾਚੂ ਕੋਲ ਬੈਠ ਲੈ ਵੀ ਜੇ ਚਾਚੂ ਵੀ ਮੇਰਾ ਭਰਾ ਆ ਮੈਂ ਤੇਰਾ ਬੇਟਾ ਬ్రో ਬ్రో ਇਹ ਆਪਣੀ ਚਾਚੀ ਨੂੰ ਵੀ ਭਾਬੀ ਕਹਿੰਦੇ ਨੇ ਸੁਪਰੀਮ ਸੁਪਰੀਮ ਹਾਂ ਸੁਪਰੀਮ ਬ్రో ਗੱਲਾਂ ਨਾ ਕਰਾਂ ਯਾਰ ਕਿਹੜੇ ਕੀ ਖਾਣਾ ਹੈ ਪੀਜ਼ਾ 버ਗਰ ਅਜੇ ਦਾ ਆਰਡਰ ਨਹੀਂ ਕੀਤਾ ਕਰਦਾ ਹੈ ਚੌਲ ਬਣਾ ਹੁੰਦਾ ਦੱਸੋ ਹੁਣ
अच्छा मेरी गल सुनो, पापा कितने रह गए ने? तू अपनी चाचू नू लै जी ना, गल्ला मारेगा। ਮਿੰਦਰ ਕਿੱਥੇ ਚਲਾ ਗਿਆ? ਅੱਛਾ ਚਲੋ ਲਵੋ ਆਪੋ ਆਪਣਾ, ਖਾਓ ਖਾਓ ਖਾਓ, ਗਰਮ ਗਰਮ ਖਾਓ, ਠੰਡਾ ਠੰਡਾ ਖਾਈਏ ਪੀਏ ਹਾਲ ਵੱਡੀ ਲੱਗ ਰਹੀ ਸਿਰ ਉਹਨੂੰ ਦੇਖੋ ਫਰੈਂਡਸ, ਇਹਨਾਂ ਦੇ ਸਾਰੇ ਸੱਚੀ ਮੋਲ ਚ ਦੁਖੀ ਹੈ। ਮੇਰੇ ਸਾਹਮਣੇ ਨਾਲੇ ਹਾਈ ਵੇਸਟ ਰੱਖਾਂਗੀ ਨਾ, ਫਿਰ ਨਾਲੇ ਦੇ ਕ੍ਰੌਪ ਟੌਪਸ ਐਵੇਂ ਦੀਆਂ। ਸੀਰਤ ਸੀਰਤ ਤੂੰ ਤਾਂ ਨਾ ਸੱਚੀ ਜਿੱਥੇ ਜਾਣੀ ਉੱਥੇ ਆਰਾਮ ਨਾਲ ਨਾ ਕਰਵਾਉਣ ਆਏ ਸਾਂ ਫਤਿਹ ਦੀ ਬੈਲੀ ਚੇਂਜ, ਤੇ ਹੁਣ ਆਪਣਾ ਚਲ ਪਹਿਲਾਂ ਪਾ ਕੇ ਦੇਖ ਪਹਿਲਾਂ। ਸੀਰਤ ਹਾਲੇ ਉਹਦੇ ਲਈ ਵਾਈਸ ਤੋਂ ਐਨੀਆਂ ਲੈ ਕੇ, ਪਹਿਲਾਂ ਇਹਨੂੰ ਟਰਾਈ ਕਰ ਲੈ ਠੀਕ ਹੈ। ਇਹਦੇ ਨਾਲ ਟੌਪ ਨਾਲ ਅਜੀਬ ਲੱਗਦੀ ਪਈ, ਜਦੋਂ ਤੇ ਮੈਂ ਕ੍ਰੌਪ ਟੌਪ ਲਿਆਉਂਦੀ ਹਾਂ ਉਹਨੂੰ ਟਰਾਈ ਕਰਕੇ ਵੇਖਦੇ ਹਾਂ ਫਿਰ ਕਿਵੇਂ ਦੀ ਲੱਗੇਗੀ। ਓਕੇ ਮੈਂ ਜਾਣੀ ਹਾਂ, ਮੈਨੂੰ ਵੇਖ ਵੇਖ ਸਾਰੀ ਜੋ ਸਭ ਤੋਂ ਪਹਿਲਾਂ ਚੀਜ਼ ਪਸੰਦ ਆਉਂਦੀ ਹੈ ਨਾ ਉਹ ਹੀ ਲੈਣੀ ਚਾਹੀਦੀ ਹੈ ਹਮੇਸ਼ਾ। ਪਹਿਲੀ ਪਸੰਦ ਉੱਧਰ ਉਹ ਕਿੱਧਰ ਹੋ? ਅਰੇ ਮੈਂ ਪਾਪਾ ਤੇ ਹਲੇ ਆਏ ਨਹੀਂ ਹੈਗੇ, ਤੇ ਮੈਂ ਹੋਰ ਵੇਖ ਲਾਂ ਨਾ ਕੁਝ ਕੱਪੜੇ। ਮੇਰੇ ਲਾ ਪੈਂਟ ਕਿਤੇ ਸੁੱਟ ਦਿੱਤੀ ਹੈ, ਤੁਸੀਂ ਉੱਥੇ ਰੋ ਜੀਨ ਪਾਵੇ ਤਾਂ ਬਲੈਕ ਲੱਗਣੀ ਚਾਦਰਾ ਜਲਾਵੇ ਗੱਗੂ ਗੱਲ ਮੈਂ ਤਾਂ ਸੋਹਣੀ ਕੋਣ ਲੱਗਦੇ ਟੌਪ ਜਿਹਾ ਹਾਈ ਵੇਸਟ ਕਰਕੇ ਮੋਟਾ ਐਵੇਂ ਕਰ ਸਕਦੇ ਆ ਮਸਤ ਵਾਈ ਸਭ ਬਹੁਤ ਸੋਹਣੀ ਲੱਗਦੀ ਵੀ ਹੈ ਕਸਮ ਨਾਲ ਮੰਮਾ ਬਹੁਤ ਮਸਤ ਲੱਗਦੀ ਵੀ ਹੈ ਮੈਂ ਰਹਿਣੀ ਹੈ ਤੇ ਲੋਕੀ ਕਹਿੰਦੇ ਮੰਮਾ ਦਾ ਪਾਵੇ ਮੰਮਾ ਦੀ ਟੀ-ਸ਼ਰਟ ਪਾਈ ਹੈ ਮੈਂ ਟ੍ਰੈਂਡ ਬ੍ਰੋ ਟ੍ਰੈਂਡ ਫੈਸ਼ਨ ਫੈਸ਼ਨ ਕੋ ਹੈ ਯੂ ਜਲਵਾ ਮੈਂ ਰਹਿਣੀ ਹੈ ਇਹਦੇ ਨਾਲ ਦੀ ਹੋਰ ਟੀ-ਸ਼ਰਟ ਸੇਖ ਲਾ।